ਮੈਂ 10,000 ਪਾਉਂਡਿੰਗ ਦਾ ਇਸ ਬਾਲ ਤੇ ਆਊਟ ਹੋਣਾ ਬਣਦਾ ਸੀ। ਵੇਖੋ ਨਾ ਤੁਸੀਂ, ਆਨੇ ਦੀ ਬਾਲ ਵੀ ਸੀ, ਇਹੀ ਥੋੜਾ ਇਹਨੇ ਪੈਰ ਵਧਾ ਖੇਡਦਾ ਤੇ ਛਿੱਕਾ ਸੀਗਾ। ਪਤਾ ਨੀ ਇਹ ਚਾਹ ਉੱਤੇ ਰੱਖ ਕੇ ਆਇਆ ਸੀ ਜਿਹੜੀ ਉਬਲ ਜਾਣੀ ਸੀ। ਤੁਸੀਂ ਪਾਉਂਡਿੰਗ ਨੂੰ ਛੱਡੋ, ਇਹਨੇ ਘੱਟ ਚਬਲ ਮਾਰੀ ਆ। ਵੇਖੋ ਲਓ ਦੱਸੋ, ਬੰਦਾ ਪੁੱਛੇ ਵੀ ਬੈਟ ਨਾ ਤੂੰ ਕੱਪੜੇ ਧੋਣੇ ਆ, ਗੇਂਦ ਤੇ ਅੱਗੇ ਕਰਕੇ ਰੋਕ ਲੈ। ਇਹਨੂੰ ਵੇਖ ਲੋ, ਇਹ ਤੇ ਮੈਂ ਸਦਕੇ ਜਾਵਾ ਬੈਟਸਮੈਨ ਤੇ। ਬੰਦਾ ਪੁੱਛੇ ਵੀ ਆ ਫੀਲਡਰ ਨਾ ਤੂੰ ਭਾਈ ਵਾਲੀ ਪਾਈ ਆ, ਬੜੇ ਆਰਾਮ ਨਾਲ ਗੇਂਦ ਫੜਾਤੀ। ਉੱਤੋਂ ਫੀਲਡਰਾਂ ਦੀ ਜੱਫੀ ਪਾਉਣੀ ਵੇਖ ਲੋ, ਜਿਵੇਂ ਬਾਂਦਰੀਆਂ ਨੇ ਟਹਿਣੀ ਨੂੰ ਜੱਫਾ ਪਾਇਆ ਹੁੰਦਾ। ਲੋ ਬੰਦਾ ਅੰਪਾਇਰ ਨੂੰ ਪੁੱਛੇ ਵੀ ਤੂੰ ਅੰਬ ਲੈਣ ਆਇਆ ਘੜੀ ਮੁੜੀ ਥੱਲੇ ਅੰਪਾਇਰ ਨੂੰ ਪੁੱਛਣ ਬਹਿ ਜਾਂਦਾ। ਅੰਦਾਜ਼ਾ ਕਰੋ, ਅਸੀਂ ਹਲੇ ਚਾਹ ਤੋਂ ਫਾਰਗ ਨਹੀਂ ਹੋਏ, ਆਸਟ੍ਰੇਲੀਆ ਬੈਟਿੰਗ ਤੋਂ ਫਾਰਗ ਹੋਈ। ਐ ਸੀ ਆਸਟ੍ਰੇਲੀਆ ਦਾ ਫੋਕਰ ਤਿਆਰ ਆ ਜਿਹਨੂੰ ਐਂਡ ਤੇ 2 ਸਕੋਰ ਪਏ। ਅੱਗੋਂ ਮਾਰਿਆ ਵੀ ਉਹਨੇ ਜਿਹਨੂੰ ਸੁਬਹ ਹੀ ਹੋਟਲ ਦੀਆਂ ਚਮਚੀਆਂ ਚੁੱਕਣ ਦੀ ਵਿਆਹ ਤੋਂ ਬੈਰੋ ਕੋ ਮੁੱਕੀਆਂ ਪਈਆਂ। ਤੁਸੀਂ ਦੇਖੋ ਆ ਬੈਟਸਮੈਨ ਨੂੰ ਮੈਚ ਜਿੱਤਣ ਦੀ ਖੁਸ਼ੀ ਨੀ ਚੜੀ ਹੋਈ, ਉਹਨੇ ਜ਼ਿੰਦਗੀ 'ਚ ਪਹਿਲੀ ਵਾਰੀ 2 ਸਕੋਰ ਲਿਆ। ਪਰਾਂ ਦਫਾ ਕਰੋ ਜੀ, ਐਡਾ ਠੰਡਾ ਮੈਚ। ਠੰਡਾ ਮੈਚ, ਇਹ ਬਰਫ਼ ਦੇ ਫੱਟੇ ਤੇ ਲੱਗਾ ਸੀ।